ਦੋ ਸਰਕਾਰਾਂ ਅੱਗੇ ਆ ਗਈਆਂ ਤੀਜੀ ਇਹ ਆ ਗਈ ਬਸ ਲਾਰਾਂ ਚ ਲਾਉਂਦੇ ਆ ਨਾ ਕਿਸੇ ਨੂੰ ਫੜਦੇ ਆ ਫੜ ਲੈਂਦੇ ਛੱਡ ਦਿੰਦੇ ਆ ਹੂੰ ਬਿਲਕੁਲ ਜੀ ਹੁਣ ਆ ਵੇਣੇ ਆ YouTube ਤੇ ਅ ਅੱਜ ਜੇ ਅਸੀਂ ਪਿੰਡ ਵਾਲਿਆਂ ਨੇ ਬੰਦਾ ਫੜਾਇਆ ਤੇ ਥਾਣੇ ਵਾਲਿਆਂ ਨੇ ਛੜਤਾ ਛੜਤਾ ਇਹ ਉਹ ਨਹੀਂ ਕਰਨਾ ਚਾਹੀਦਾ ਉਹਨੂੰ ਫੜਨਾ ਚਾਹੀਦਾ ਉਹਨੂੰ ਫੜ ਕੇ ਉਹਨੂੰ ਸਜ਼ਾ ਦੇਣੀ ਚਾਹੀਦੀ ਉਹਦੇ ਬੰਦੀ ਜਿਹੜੀ ਕਾਰਵਾਈ ਦਾ ਤੇ ਕਰ ਹੋਣੀ ਚਾਹੀਦੀ ਹੈ ਬਿਲਕੁਲ ਜੀ ਇੱਕ ਹੁਣੇ ਹੀ ਬਿਆਨ ਆਇਆ ਕੇਜਰੀਵਾਲ ਕਹਿੰਦਾ ਕੇ ਵੀ ਜੀ ਹੁਣ ਨੋਟਾਂ ਦੀ ਫੋਟੋ ਨੂੰ ਲੈ ਕੇ ਕੇ ਇੱਥੇ ਗਣੇਸ਼ ਦੀ ਤੇ ਜਾਂ ਮਾਤਾ ਲక్ష్ਮੀ ਦੀ ਫੋਟੋ ਹੋਣੀ ਚਾਹੀਦੀ ਹੈ ਕੀ ਲੱਗਦਾ ਕੇ ਉਹ ਫੋਟੋ ਹੁਣੇ ਚੰਗੀ ਗੱਲ ਹੋਏ ਇਹਦੇ ਬਿਆਨ ਨਾਲ ਕਿਵੇਂ ਸਹਿਮਤ ਹੋ ਤੁਸੀਂ ਦੇਖੋ ਜੀ ਗੱਲ ਐਵੇਂ ਵੀ ਅਸੀਂ ਸਹਿਮਤ ਤਾਂ ਹੈ ਨਹੀਂਗੇ ਅੱਗੇ ਆਵਾਜ਼ ਕੇਰਾਂ ਜੇ ਉੱਠੀ ਸੀ ਭਗਤ ਸਿੰਘ ਦੀ ਫੋਟੋ ਲੱਗਣੀ ਚਾਹੀਦੀ ਹੈ ਨੋਟਾਂ ਤੇ ਪਰੋ ਜਨਤਾ ਨੇ ਇਹਦੇ ਬਾਰੇ ਵਿਰੋਧ ਕੀਤਾ ਵੀ ਇਹ ਫੋਟੋ ਨਹੀਂ ਲੱਗਣੀ ਚਾਹੀਦੀ ਵੀ ਵਿਆਹਾਂ ਸ਼ਾਦੀਆਂ ਦੇ ਉੱਤੋਂ ਲੋਕ ਸਿੱੜਦੇ ਉਹ ਪੈਰਾਂ 'ਚ ਮਲੇ ਜਾਂਦੇ ਆ ਹੁਣ ਮੇਰੇ ਵਰਗੇ ਜੇਬ 'ਚ ਤਾਂ ਹੁੰਦਾਗਾ ਜਰਦਾ ਬੀੜੀ ਉਹਦੇ ਵਿੱਚ ਹੁਣ ਨੋਟ ਹੋਵੇ ਤਾਂ ਫਿਰ ਇਹ ਬੇਅਦਬੀ ਦੀ ਗੱਲ ਐ ਇਹਦਾ ਬਾਕੀ ਹੁਣ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਲਾਉਣੀ ਐ ਕਿ ਨਹੀਂ ਲਾਉਣੀ ਜੀ ਬਿਲਕੁਲ ਕਿੰਨੇ ਨਾ ਕਿਤੇ ਤੁਸੀਂ ਮੰਨਦੇ ਹੋ ਕਿ ਇਹ ਸਾਡੇ ਗੁਰੂਆਂ ਦੀ ਕਹਿਦੀ ਐ ਜਾਂ ਜਿਵੇਂ ਇੱਕ ਪੀਰ ਪਗੰਬਰ ਰੇ ਉਹਨਾਂ ਦੀ ਬੇਅਦਬੀ ਹੋਊਗੀ ਇਹ ਹਾਂਜੀ ਬਿਲਕੁਲ ਬੇਅਦਬੀ ਜੀ ਇਹਦੇ ਵਿੱਚ ਕੋਈ ਕਹਿਣ ਵਾਲੀ ਗੱਲ ਨਹੀਂ ਠੀਕ ਐ ਆ ਜੋ ਨੌਜਵਾਨ ਬੈਠਿਆ ਕੋਚ ਆਪ ਬਾਈ ਕੀ ਹਾਲ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਆ ਠੀਕ ਆ ਬਹੁਤ ਵਧੀਆ ਠੀਕ ਠਾਕ ਆ ਅੱਛਾ ਬਾਈ ਤੁਹਾਨੂੰ ਕਿਵੇਂ ਲੱਗਦਾ ਸਰਕਾਰ ਦੇ ਕੰਮ ਕਿਵੇਂ ਆ ਪਹਿਲੀ ਗੱਲ ਤਾਂ ਜੀ ਤੁਸੀਂ ਪੱਤਰਕਾਰ ਆਦਮੀ ਹੋ ਤੁਸੀਂ ਦੱਸੋ ਵੀ ਕਿਵੇਂ ਆ ਸਰਕਾਰ ਦੇ ਕੰਮ ਹੁਣ ਤੱਕ ਜਿਹੜੇ ਹੋਏ ਆ ਤੁਹਾਨੂੰ ਕਿਵੇਂ ਲੱਗਦਾ ਜੀ ਸਾਨੂੰ ਤਾਂ ਤੁਸੀਂ ਵੀ ਓ ਦੇਣੇ ਆ ਅਸੀਂ ਦੇਖੋ ਇੱਕ ਤਾਂ ਨਿੱਜੀ ਪੱਖ ਹੁੰਦਾ ਮੈਂ ਕਹਾਂ ਕਿ ਮੈਨੂੰ ਜੇ ਮੈਂ ਉਹ ਬੋਲਦਾ ਨਾ ਮੈਂ ਮੇਰੀ ਗੱਲ ਸੁਣੋ ਪੂਰੀ ਹੁਣ ਤੁਸੀਂ ਪੁੱਛ ਲਿਆ ਹਾਂਜੀ ਹਾਂਜੀ ਤੁਸੀਂ ਪੁੱਛ ਲਿਆ ਮੈਨੂੰ ਕਿ ਤੁਹਾਨੂੰ ਕਿਵੇਂ ਲੱਗਦਿਆ ਮੈਂ ਕਹਿੰਦਾ ਮੈਨੂੰ ਨਹੀਂ ਲੱਗਦਿਆ ਜੇ ਤੈਨੂੰ ਚੰਗੇ ਲੱਗਦੇ ਹੋ ਫਿਰ ਅਸੀਂ ਤਾਂ ਉਹੀ ਗੱਲ ਤੁਹਾਨੂੰ ਪੁੱਛੀ ਆ ਵੀ ਤੁਸੀਂ ਪੱਤਰਕਾਰ ਬੰਦੇ ਆ ਤੁਸੀਂ ਸਾਡੇ ਨਾਲ ਵੱਧ ਥਾਵਾਂ ਤੇ ਜਾਂਦੇ ਆ ਤੁਹਾਨੂੰ ਵੱਧ ਪਤਾ ਹੀ ਹੂੰ ਉਹ ਵੀ ਤੁਹਾਡੇ ਨਾਲ ਸਾਂਝੀ ਕਰਦਾਂਗੇ ਮੈਂ ਤੁਹਾਡੇ ਪਿੰਡ ਦੀ ਗੱਲਬਾਤ ਪੁੱਛਣੀ ਚਾਹੁੰਨਾ ਕਿ ਤੁਹਾਡੇ ਪਿੰਡ ਦਾ ਕੀ ਹਾਲ ਆ ਕਿਵੇਂ ਆ ਕੰਮ ਧੰਦੇ ਹੋਏ ਆ ਸਰਕਾਰ ਦੇ ਕੀਤੇ ਆ ਨਵੇਂ ਨੇ ਸਾਡੇ ਪਿੰਡ ਦੇ ਵਜੀ ਮੈਂ ਜਿਹੜੇ ਕੰਮ ਵੇਖਿਆ ਸਾਡਾ ਇੱਕ ਹਾ ਰਾਹ ਬਣਿਆ ਇਹ ਪਤਾ ਨਹੀਂ ਸਰਕਾਰ ਨੇ ਬਣਾਇਆ ਪਤਾ ਨਹੀਂ ਪੰਚਾਇਤ ਨੇ ਬਣਾਇਆ ਉਦੋਂ ਬਾਅਦ ਜਿਹੜੀ ਆਪਾਂ ਕਰਦੇ ਆ ਬੇਅਦਬੀ ਦੀ ਗੱਲ ਹੂੰ ਕੋਰ ਵਿਜੇ ਪ੍ਰਤਾਪ ਨੇ ਸੈੱਟ ਬਣਾਈ ਸੀ ਸੈੱਟ ਇਨ ਚਾਰਜ ਸੀਗੇ ਜੀ ਉਹਨੇ 700 ਪੇਜ ਦੀ ਕਲੋਜ਼ ਰਿਪੋਰਟ ਤਿਆਰ ਕੀਤੀ ਸੀ ਜੀ ਉਹ ਕਿਉਂ ਖਰਚ ਕੀਤੀ? ਕਾਹ ਤੋਂ ਖਰਚ ਕੀਤੀ? 700 ਦੀ ਕਲੋਜ਼ਰ ਰਿਪੋਰਟ ਉਹਨੇ ਬਣਾਈ ਸੀ। ਉਹਦੇ ਵਿੱਚ ਕੋਈ ਤੰਤ ਸੀਗਾ ਤਾਂ ਉਹ ਖਰਚ ਕਰਾਈ। ਉਹ ਸਾਰੀ ਸੈਟ ਹੀ ਖਰਚ ਕਰਤੀ। ਤੇ ਹੁਣ ਕੁੰਵਰ ਵਿਜੇ ਪ੍ਰਤਾਪ ਨੂੰ ਹੋਮ ਫੇਅਰ ਵਿਭਾਗ ਕਿਉਂ ਨਹੀਂ ਦਿੰਦੇ? ਕਿਉਂ ਨਹੀਂ ਦਿੰਦੇ ਬਈ ਉਹਨੂੰ? ਕਿਤੇ ਨਾ ਕਿਤੇ ਲੱਗਦਾ ਕਿ ਦਾਲਚਕਾਲਾ ਨਾਲੇ ਬੰਦਾ ਕੁੰਵਰ ਵਿਜੇ ਪ੍ਰਤਾਪ ਆਪ ਸੱਤਾ ਚ। ਪਾਵਰ ਚ ਬੰਦਾ ਸਹੀ ਆ ਉਹ ਉਹਨੂੰ ਹੋਮ ਅਫੇਅਰ ਵਿਭਾਗ ਦੇਣ ਹੁਣ ਉਹ ਰਿਪੋਰਟ ਲਾਗੂ ਹੋਣੀ ਚਾਹੀਦੀ ਆ ਉਹ ਕੋਈ ਨਾ ਕੋਈ ਬੇਅਦਬੀ ਆ ਜਿਹੜੀ ਉਹਦਾ ਇਨਸਾਫ ਮਿਲੇ ਜੀ ਅਜੇ ਤਾਂ ਇਹ ਗੱਲਾਂ ਕਹਿੰਦੇ ਆ ਬਾਕੀ ਅਸੀਂ ਕੋਈ ਬੜੀ ਅਜੇ ਕੋਈ ਬੜਾ ਆਪਾਂ ਨੂੰ ਇੰਨਾ ਪਤਾ ਨਹੀਂ ਜੀ ਇਹਨਾਂ ਚੀਜ਼ਾਂ ਦਾ ਬਾਕੀ ਜਿਹੜਾ ਕੁਝ ਹੋ ਜਾਂਦਾ ਠੀਕ ਠਾਕ ਆ ਜੀ